हाँ जी, इन्वायरमेंट मार्च कट रहे हैं जी। जी यानी कॉलेज स्टूडेंट्स वालों इन्वायरमेंटली मार्च कटिया जा रहा जी। सिगरेट बीड़ी का प्रयोग जनतक थावां ते ना करो जी, पानी की बचत करो। सारे बच्चे बहुत ही सोहने सोहने मैसेज देंदे हुए रुख लगाओ वातावरण बचाओ। सारे जी एन ई कॉलेज के विद्यार्थी जी बहुत ही सोहनिया पेंटिंग्स बनाई ने बच्चों ने जी। ਜੀ ਕਾਲਜ ਦੇ NSS ਦੇ ਵੱਲੋਂ NSS ਨੈਸ਼ਨਲ ਸਰਵਿਸ ਸਕੀਮ ਵੱਲੋਂ ਸਿੱਖ ਇਨਵਾਇਰਮੈਂਟ ਡੇ ਬਣਾਇਆ ਜਾ ਰਿਹਾ ਜੀ। ਅਵੇਅਰਨੈਸ ਮਾਰਚ ਕੱਢ ਰਹੇ ਹਾਂ ਜੀ, ਕੀ ਦੇਖ ਸਕਦੇ ਜੀ ਬੱਚੇ। ਅਸੀਂ ਆਪਣੇ ਕਾਲਜ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ NSS ਜੁੜਨ ਜਿਹੜਾ ਆਪਣਾ GNE ਦਾ ਉਹ ਆਪਣਾ ਇੱਕ ਸਿੱਖ ਇਨਵਾਇਰਮੈਂਟ ਡੇ ਦੇ ਤੌਰ 'ਤੇ ਅੱਜ ਅਵੇਅਰਨੈਸ ਰੈਲੀ ਕੱਢ ਰਿਹਾ ਜੀ। ਅਤੇ ਸਾਰੇ ਬੱਚੇ ਤਕਰੀਬਨ ਆਪਣੇ NSS ਦੇ 400-500 ਬੱਚਾ ਹੈ ਜੀ ਇਸ ਰੈਲੀ ਦੇ ਵਿੱਚ। ਜਿਵੇਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਗੁਰੂ ਮਹਾਰਾਜ ਜੀ ਦੇ ਗੁਰ ਤੱਕ ਦੇ ਦਿਵਸ ਜਿਹੜਾ ਇਸ ਮਹੀਨੇ ਦੇ ਵਿੱਚ ਆਉਂਦਾ। ਅਤੇ ਗਦਰ ਫਾਊਂਡੇਸ਼ਨ ਵੱਲੋਂ ਵੀ ਆਪਾਂ ਜਿਹੜਾ ਇਨਵਾਇਰਮੈਂਟ ਦੇ ਲਈ ਉਪਰਾਲੇ ਕਰਦੇ ਰਹਿੰਦੇ ਹਾਂ। ਅੱਜ GNE ਵੱਲੋਂ ਆਪਾਂ ਤਕਰੀਬਨ 15 ਮਿੰਟਾਂ ਪਹਿਲਾਂ ਤੁਰੇ ਸੀਗੇ GNE ਤੋਂ, ਫਿਰ ਹੁਣ ਅਰੋੜਾ ਪੈਲਸ ਤੱਕ ਜਾ ਰਹੇ ਹਾਂ। ਅਰੋੜਾ ਪੈਲਸ ਤੋਂ ਦਾਣਾ ਮੰਡੀ, ਦਾਣਾ ਮੰਡੀ ਤੋਂ ਬਾਅਦ ਅੱਗੇ ਦੂਸਰੀ ਪੁਲ ਤੱਕ ਜਾਵਾਂਗੇ ਤਾਂ ਕਿ ਅਸੀਂ ਜਿਹੜਾ ਲੁਧਿਆਣਾ ਇੰਨਾ ਪੋਲਿਊਟਡ ਆਏਗਾ ਉਹਨੂੰ ਆਪਾਂ ਇੱਕ ਲੋਕਾਂ ਨੂੰ ਅਵੇਅਰ ਕਰ ਸਕੀਏ ਕਿ ਜਿਹੜੀ ਵਾਤਾਵਰਨ ਦੀ ਸੰਭਾਲ ਬਹੁਤ ਜ਼ਰੂਰੀ ਹੈ। ਕਿਉਂਕਿ ਜਿੰਨੀਆਂ ਵੀ ਬਿਮਾਰੀਆਂ ਲੱਗਦੀਆਂ
ਉਹ ਮਿੱਟੀ ਹਵਾ ਪਾਣੀ ਤੋਂ ਲੱਗਦੀ ਹੈ ਅਤੇ ਉਹ ਸਾਰਾ ਪੋਲਿਊਟ ਹੋ ਚੁੱਕਿਆ। ਇੱਕ ਅਵੇਅਰਨੈਸ ਆ ਲੋਕਾਂ ਦੇ ਵਿੱਚ ਦੇਣ ਲਈ, ਮੈਸੇਜ ਦੇਣ ਲਈ ਤਾਂ ਆਏ ਹਾਂ ਇੱਥੇ, ਅਤੇ ਤਾਂ ਕਿ ਲੋਕ ਜਾਗਰੂਕ ਹੋਣ। ਇਕੱਲੇ ਸਰਕਾਰਾਂ 'ਤੇ ਨਹੀਂ ਕਹਿ ਸਕਦੇ ਆਪਾਂ, ਕਿਸੇ ਨੂੰ ਇਹ ਜ਼ਿੰਮੇਵਾਰ ਠਹਿਰਾ ਨਹੀਂ ਸਕਦੇ, ਅਸੀਂ ਆਪ ਹੀ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਉਹ ਗੰਦਾ ਕੀਤਾ ਅਤੇ ਅਸੀਂ ਉਹ ਸਾਫ ਕਰਨ ਵਾਲੇ ਬਣਾਂਗੇ। ਠੀਕ ਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਨਾਲ ਤਿਆਰੀ ਕਰ ਰਿਹਾ ਜੀ। ਤੁਸੀਂ ਦੇਖ ਸਕਦੇ ਹੋ ਜਿਵੇਂ ਕਿ 400 ਤੋਂ 500 ਦੇ ਤਕਰੀਬਨ ਬੱਚਾ ਹੈਗਾ ਜੀ ਆਪਣੇ ਕੋਲ NSS ਦਾ, ਜੀ ਕਾਲਜ ਦੇ ਵਿਦਿਆਰਥੀਆਂ ਵੱਲੋਂ, ਅਤੇ ਪਿੱਛੇ ਸਾਡੇ ਟੀਚਰ ਸਾਹਿਬਾਨ ਗੱਡੀ ਪਾਣੀ ਦਾ।